ਇੱਕ ਪਾਸੇ ਵਾਧੀ ਗਰਮੀ ਤੋਂ ਕਿਸਾਨ ਪਰੇਸ਼ਾਨ ਨੇ ਤੇ ਦੂਸਰੇ ਪਾਸੇ ਮਹਿੰਗੀ ਲੇਬਰ ਹੈ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਮੈਂ ਇਸ ਵੇਲੇ ਖੇਤ ਦੇ ਵਿੱਚ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਝੋਨੇ ਦੀ ਲਵਾਈ ਹੈ ਉਹ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਅਗੇਤਾ ਝੋਨਾ ਉਹ ਜਰੂਰ ਕਿਸਾਨ ਲਾ ਰਹੇ ਨੇ ਔਰ ਦੂਸਰੇ ਪਾਸੇ ਕਿਹੜੀ ਲੇਬਰ ਹੈ ਉਹ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਮਜ਼ਦੂਰ ਨੇ ਉਹ ਕੰਮ ਕਰਨਾ ਛੱਡ ਚੁੱਕੇ ਨੇ ਸ਼ਹਿਰਾਂ ਨਾਲ ਦਿਹਾੜੀ ਤੇ ਜਾਂਦੇ ਨੇ ਪਰ ਦੂਸਰੇ ਪਾਸੇ ਜਿਹੜੀ ਪਰਵਾਸੀ ਮਜ਼ਦੂਰ ਨੇ ਇਹ ਕਿਤਨਾ ਕਿਤੇ ਝੋਨਾ ਲਾਉਂਦੇ ਨੇ ਔਰ ਇਹਨਾਂ ਨੂੰ ਵੀ ਕਾਫੀ ਮਹਿੰਗੇ ਪੈਸੇ ਦੇ ਕੇ ਕਿਸਾਨ ਨੇ ਘੜੇ ਲੈ ਕੇ ਹੁੰਦੇ ਨੇ ਕਿਸਾਨ ਆਪਣੇ ਨਾਲ ਨੌਜੋਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਲੇਬਰ ਦਾ ਕੀ ਹਾਲ ਹੈ ਕਹਿੰਦੇ ਲੇਬਰ ਬੜਾ ਔਖਾ ਹੁੰਦਾ ਇੱਕ ਪਾਸੇ ਗਰਮੀ ਤੇ ਦੂਸਰੇ ਪਾਸੇ ਲੇਬਰ ਤੋਂ ਪਰੇਸ਼ਾਨ ਹੈ ਜੱਟ ਹਾਂਜੀ ਬਹੁਤ ਬੁਰੇ ਹਾਲ ਆਈ ਲੇਬਰ ਮਿਲ ਨਹੀਂ ਰਹੀ ਜਿਹੜੀ ਮਿਲ ਵੀ ਰਹੀ ਆ ਗਰਮੀ ਕਰਕੇ ਉਹਨਾਂ ਤੋਂ ਕੰਮ ਘੱਟ ਨਿਬੜ ਰਿਹਾ ਹੈਗਾ ਤੇ ਇਸ ਕਰਕੇ ਮਤਲਬ ਲੇਬਰ ਮਹਿੰਗੀ ਦੇਣੀ ਪੈ ਰਹੀ ਹੈ ਕੀ ਕਾਰਨ ਕੀ ਆ ਪੰਜਾਬੀ ਲੇਬਰ ਕਿਉਂ ਘਟ ਗਈ ਪੰਜਾਬੀ ਦਾ ਕੰਮ ਹੀ ਛੱਡ ਕੇ ਲੇਬਰ ਦੇ ਜਿਹੜੇ ਕੰਮ ਕਰਦੇ ਸੀ ਕਾਰਨ ਕੀ ਲੱਗਦਾ ਪੰਜਾਬੀ ਲੇਬਰ ਹੀ ਸ਼ਹਿਰਾਂ 'ਚ ਜਾਣ ਲੱਗੀ ਥੋੜਾ ਮਤਲਬ ਖੇਤ ਵਾਲੇ ਕੰਮ ਤੋਂ ਕਰਕੇ ਉਹਨਾਂ ਕੁਛ ਨਹੀਂ ਇਸ ਕਰਕੇ ਮਤਲਬ بیਆਰੀ ਲੇਬਰ ਖਾਮ ਲੈਣਾ ਪੰਦੀ ਜ਼ਿਮੀਦਾਰ ਦੀ ਜੇਬ ਤੇ ਕਿੰਨਾ ਭਾਰੀ ਪੈਂਦਾ ਲੇਬਰ ਜਦੋਂ ਲੇਬਰ ਪਹਿਲਾਂ ਮਿਲਦੀ ਨਹੀਂ ਮਿਲਦੀ ਹੈ ਤਾਂ ਮਹਿੰਗੀ ਮਿਲਦੀ ਹੈ ਝੋਨਾ ਕਿਵੇਂ ਲੇਟ ਹੋ ਜਾਂਦਾ ਫਿਰ ਕਿਵੇਂ ਕਰਦੇ ਹੋ ਅਸਲ 'ਚ ਜੀ ਲੇਬਰ ਦੀ ਸਮੱਸਿਆ ਕਰਕੇ ਹੀ ਖੇਤੀਬਾੜੀ ਪਿੱਛੇ ਜਾ ਰਹੀ ਹੈ ਲੇਬਰ ਨਾ ਮੰਨੇ ਕਰਕੇ ਹੀ ਲੇਬਰ ਨਾ ਮਿਲਨੇ ਕਰਕੇ ਮਹੰਗੀ ਲੇਬਰ ਲਉਣੀ ਪੈਂਦੀ ਹੈ ਉਸ ਉਹਨਾਂ ਗੱਲਾਂ ਕਰਕੇ ਮਤਲਬ ਬਾਹਰੋਂ ਲੇਬਰ ਬੁਲਾਉਣੀ ਪੈਂਦੀ ਹੈ ਬਾਹਰਲੇ ਜਦੋਂ ਘਰ-ਬਾਰ ਛੱਡ ਕੇ ਆਉਂਦੇ ਆ ਫਿਰ ਇਹਨਾਂ ਨੂੰ ਇਹਨਾਂ ਦੀ ਨਿਮਾਨਾ ਵੀ ਪੁਣੀ ਕਰਨੀਆਂ ਮੈਨੀਆਂ ਇਹ ਆਪਣੇ ਬੰਦੇ ਹੀ ਕੰਮ ਕਰਨ ਤਾਂ ਆਪਾਂ ਨੂੰ ਇਹਨਾਂ ਨੂੰ ਬਾਹਰੋਂ ਨਾ ਬੁਲਾਉਣਾ ਪਵੇ ਤੇ ਆਪਾਂ ਆਪਦੇ ਲੋਕਾਂ ਨੂੰ ਕੰਮ ਦੇ ਸਕੀਏ ਚਲੋ ਤੁਹਾਡੇ ਕੋਲ ਤਾਂ ਲੇਬਰ ਪੱਕੀ ਹੈ ਜੇ ਤੁਹਾਡੇ ਕੋਲੇ ਪੱਕੀ ਲੇਬਰ ਨਾ ਹੁੰਦੀ ਤਾਂ ਮੁਸ਼ਕਲ ਕਿੰਨਾ ਹੁੰਦਾ ਸੀ ਕੀ ਸੂਤ ਕੀ ਦੇ ਰਹੇ ਹੋ ਐਕਸਟਰਾ ਤੁਸੀਂ ਇਹਨਾਂ ਨੂੰ ਲੰਬੇ ਟਾਈਮ ਤੋਂ ਵਾਰੇ ਤੁਹਾਡੇ ਕੋਲ ਅਸਲ ਜੀ ਉਹ ਬਸ ਉਹ ਬਣਿਆ ਹੋਇਆ ਜੀ ਸਿਸਟਮ ਮਤਲਬ ਜਿਵੇਂ ਮੇਰੇ ਨਾਲ ਜੁੜੇ ਹੋਏ ਆ ਕਾਫੀ ਸਾਲਾਂ ਤੋਂ ਇਸ ਕਰਕੇ ਜੀ ਸਾਨੂੰ ਥੋੜਾ ਜਿਹਾ ਇਹ ਸਾਡੇ ਕੋਲੇ ਆ ਜਾਂਦੇ ਆ ਤੇ ਸਾਨੂੰ ਇਹਨਾਂ ਦਾ ਮਾਨਤਾ ਰੱਖਣਾ ਪੈਂਦਾਗਾ ਵੀ ਸਾਨੂੰ ਜੇ ਅਸੀਂ ਸਾਨੂੰ ਇਹਨਾਂ ਦਾ ਉਹ ਪੂਰਾ ਕਰਕੇ ਦੇਣਾ ਪੈਂਦਾਗਾ ਘਾਟਾ ਵਾਦਾ ਜਿਹੜਾ ਇਹ ਸਾਡੇ ਕੋਲੇ ਆਉਂਦੇ ਆ ਬੁਜ਼ੁਰਗੋ ਔਖਾ ਕਿੰਨਾ ਲੇਬਰ ਦਾ ਜਦੋਂ ਲੇਬਰ ਨਾ ਮਿਲੇ ਦਿਹਾੜੀ ਆ ਨਾ ਮਿਲੇ ਤਾਂ ਜ਼ਿਮੀਦਾਰ ਨੂੰ ਔਖਾ ਕਿੰਨਾ ਹੁੰਦਾਗਾ ਬਹੁਤ ਜ਼ਿਆਦਾ ਜੀ ਬਹੁਤ ਔਖਾ ਜੀ ਵੀ ਨਾ ਲੱਗਦਾ ਜ਼ਿੰਮੇਦਾਰਾ ਮੁਨਾਫਾ ਤਾਂ ਨਹੀਂ ਰਿਹਾ ਜ਼ਿੰਮੇਦਾਰ ਔਖਾ ਬਹੁਤ ਹੈ ਗਰਮੀ ਹੈ ਉਤੋਂ ਉਤੋਂ ਲਾਈਟ ਨਹੀਂ ਪ੍ਰੋਪਰ ਆਉਂਦੀ ਕੀ ਦਿੱਕਤ ਕਿੰਨੀ ਹੁੰਦੀ ਆ ਬਹੁਤ ਜਿਆਦਾ ਦਿੱਕਤ ਹੁੰਦੀ ਹੈ ਜੀ ਹੋਰ ਕੰਮ ਨਹੀਂ ਚੱਲਦਾ ਜਿੰਦਾ ਤੁਰ ਕਰੇ ਰਹੀ ਰੀ ਮਹਿੰਗੀ ਲੈ ਕੇ ਲਾਈ ਜਾਂਦਾ ਖਰਚਾ ਸਿਰ ਪਈ ਜਾਂਦਾ ਉਸ ਨੂੰ ਬਹੁਤ ਗੁਰਾੰਤ ਬਿਲਕੁਲ ਇਹ ਤਰਾਸ ਦੀ ਆ ਕਿਸਾਨ ਦੀ ਲੇਬਰ ਹੈ ਮਹਿੰਗੀ ਪੈ ਰਹੀ ਹੈ ਅਗਲੇ ਲੇਬਰ ਦੇ ਕੰਮ ਕਰਨ ਵਾਲੇ ਪਹਿਲਾਂ ਗੱਲਬਾਤ ਕਰਾ ਸਾਰਾ ਬਾਤ ਸੁਣਾ ਕਿਹੜਾ ਕਹਾਂ ਸੇ ਆਏ ਹੋ ਆਪ ਬਿਆਰ ਬਿਆਰ ਸੇ हाँ जी कितना टाइम हो गया यहाँ पे काम करते अभी तो पाँच छह दिन हुआ है पाँच हाँ तो कब कब से आ रहे हो यहाँ पे लेबर का काम कब से कर से कर कर रहे रहे हैं हैं आप बहुत दिन तो कितना फर्क है इधर कितने पैसे बन जाते हैं शाम तक के यहाँ पे तो लेबर नहीं मिल रही सिर्फ आपके प्रवासी आ रहे हैं नहीं हम लोग तो सब दिन से आ रहे हैं सरदार के पास इसलिए चले आते हैं मजदूरी तो बहुत घट है अब इतना दूर छोड़कर पंद्रह किलोमीटर दूर से आते हैं यहाँ फूल मजदूरी नहीं मिलेगा क्या फायदा हो गया नवीन बिल्कुल ये मजदूर ने प्रवासी मजदूर ने वो पहुंचे हुए ने गल बात भी आ रही है, ने गलबाद भी कर दे ए, क्या नाम क्या आपका नवीन नवीन कब से आ रहे हो यहाँ पे कब से लेबर कर रहे हो यहाँ सर पांच साल से आ रहे हैं यहाँ तो गड़ी में बहुत ज्यादा भीड़ रहता है लेकिन हम लोग यहाँ परमानेंट आते हैं लेकिन मजदूरी भी तो कम है यहाँ गर्मी है एक बहुत ज़्यादा गर्मी है दो किला बांध लगाने वाला आदमी है बारह तेरह में तो डेढ़ किला लगाते हैं हाँ जी सर गर्मी बहुत है अच्छा तो कितना कितना एकड़ लगाते हूँ शाम तक शाम तक जैसे बारह आदमी है सर तो टारगेट है चार किला के गर्मी के कारण दो ही किला ढाई किला लगाते हैं जमीन गर्मी बहुत ज़्यादा है सर ਕਿਆ ਲੱਗਦਾ ਕਿਤਨੀ ਲੇਬਰ ਬਣ ਜਾਂਦੀ ਹੈ ਕਿਤਨੀ ਦਿਹਾੜੀ ਬਣਦੀ ਹੈ ਇੱਕ ਮਜ਼ਦੂਰ ਕੋ ਜੋ ਪ੍ਰਵਾਸੀ ਯਹਾਂ ਤੇ ਦਿਹਾੜੀ ਦਿਹਾੜੀ 500 600 ਇਤਨਾ ਦੂਰ ਸੇ ਆਤੇ ਤਾਂ 500 600 ਬਣ ਰਹਾ ਹੈ ਸਰ 200 ਰੁਪਿਆ 150 ਰੁਪਿਆ ਤਾਂ ਸਭੀ ਦਿਨ ਖਾ ਜਾਤੇ ਹੈ ਰਾਸ਼ਨ ਮੇ ਹਾਂ ਸਰ ਬਿਲਕੁਲ ਇਹ ਮਜ਼ਦੂਰ ਨੇ ਪ੍ਰਵਾਸੀ ਨੇ ਜਿਹੜੇ ਯੂਪੀ ਤੋਂ ਆਉਂਦੇ ਨੇ ਬਿਹਾਰ ਤੋਂ ਆਉਂਦੇ ਨੇ ਆਪਦੀ ਤਰਾਸਦੀ ਦੱਸਦੇ ਨੇ ਕਿ ਅਸੀਂ ਕੰਮ ਕਾਜ ਛੱਡ ਕੇ ਆਏ ਆ ਬੱਚਿਆਂ ਨੂੰ ਛੱਡ ਕੇ ਆਏ ਆ ਦਿਹਾੜੀ ਹੈ ਜਿਹੜੀ ਉਹ ਪ੍ਰੋਪਰ ਨਹੀਂ ਮਿਲਦੀ ਪਰ ਦੂਸਰੇ ਪਾਸੇ ਜ਼ਮੀਦਾਰ ਪਰੇਸ਼ਾਨ ਹੈ ਕਿਸਾਨ ਪਰੇਸ਼ਾਨ ਹੋ ਕਹਿੰਦਾ ਕਿ ਸਾਨੂੰ ਲੇਬਰ ਹੈ ਮਹਿੰਗੇ ਭਾਤੇ ਲੈਣੀ ਪੈਂਦੀ ਹੈ ਤਾਂ ਕਰਕੇ ਤਰਾਸ ਦੀ ਦੋਨੇ ਪਾਸੇ ਸੇਮ ਹੈ ਜ਼ਮੀਦਾਰ ਹੈ ਉਹ ਪਹਿਲਾਂ ਤੋਂ ਡਾਊਨ ਹੈ ਕਹਿੰਦੇ ਕਿ ਲੇਬਰ ਮਹਿੰਗੀ ਮਿਲਦੀ ਹੈ ਪਰ ਲੇਬਰ ਦਾ ਕੰਮ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਕਿ ਸਾਨੂੰ ਸਿਰ 500 ਰੁਪਏ ਦਿਹਾੜੀ ਦਾ ਮਿਹਨਤਾਨਾ ਮਿਲਦਾ ਹੈ ਬਟੰਡਾ ਤੋਂ ਸੂਰਜਪਾਲ న్యూਸ 18 ਪੰਜਾਬ